ਤੂੰ ਆਈ ਜਾਂਦੀ ਕੱਚੀ ਪਈ ਤਰੱਕੀ ਦੋ ਹੀ ਲਈ ਕਰੋ ਕੱਦਾਂ ਤਾਂ ਖਲਵਾਈਂਦੀ ਆਂ ਚਮੋ ਅਸਲਾਮ ਅਲੈਕੁਮ ਨਾਜ਼ਰੀਨ ਮੈਂ ਤੁਹਾਡਾ ਆਪਣਾ ਮੌਲਾ ਬਖਸ਼ ਤੇ ਤੁਸੀਂ ਵੇਂਦੇ ਪਿਓ ਮੌਲਾ ਬਖਸ਼ ਟੀਵੀ ਅੱਜ ਤੇ ਸਾਹਮਣੇ ਇੱਕ ਸ਼ੂਟਿੰਗ ਹੁੰਦੀ ਪਈ ਏ ਰਮਜ਼ੀ ਸਿਆਣੇ ਦੀ ਰਮਜ਼ੀ ਸਿਆਣੇ ਤਾਂ ਫਾਟ ਫਾਟ ਤੇ ਬੁਰੇ ਹਾਲ ਕੀਤੀ ਕਲ ਮੂੰਹ ਤੇ ਵੇਖ ਨੀਲ ਮੂੰਹ ਚ ਰਾਲੀ ਪਈ ਵਗਦੀ ਆਓ ਤੁਹਾਨੂੰ ਵੀ ਖਾਈ ਜੇ ਕੀ ਕਰਤੂਤ ਕੀਤੀ ਕਰਨ ਵਿਛੋ ਦੇ ਨਾਲ ਆ ਜਾ ਮੇਰੇ ਨਾਲ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਓ ਕੀ ਹਾਲ ਹੈ ਸੋਹਣਿਆ ਠੀਕ ਹੈ ਅੱਜ ਤਾਂ ਹਾਲੂ ਬੇ ਹਾਲ ਹੋਇਆ ਬੈਠਾ ਹੀ ਖੈਰ ਹੋਵੇ ਅੱਲਾ ਪਾਕ ਦਾ ਸ਼ੁਕਰ ਹੈ ਤੂੰ ਸੁਣਾ ਮੈਂ ਬਿਲਕੁਲ ਠੀਕ ਠਾਕ ਆ ਤੇ ਤੇਰੇ ਮੂੰਹ ਤੇ ਨੀਲ ਸ਼ੀਲ ਕਿਵੇਂ ਪਏ ਖਲੇ ਇਹ ਨੀਲ ਸ਼ੀਲ ਤੂੰ ਸਾ ਮਾਰ ਮੋੜ ਕੇ ਤੇ ਬਾਅਦ ਵਿੱਚ ਮੋੜ ਪੁੱਛਦੇ ਪਏ ਹੋ ਉਹ ਬਾਅਦ ਵਿੱਚ ਨਹੀਂ ਭਾਈ ਆਵਾਮ ਤੈਨੂੰ ਵੇਂਦੀ ਪਈ ਏ ਲਾਈਫ ਚੱਲਦਾ ਪਿਆ ਏ ਅੱਛਾ ਜੀ ਇਹ ਗਾਣੇ ਦੀ ਸ਼ੂਟਿੰਗ ਹੋ ਰਹੀ ਮੌਲਾ ਬਖਸ਼ ਅੱਛਾ ਅਕਬਰ ਰਾਣਾ ਸਿੰਗਰ ਹੈ ਇਸ ਗਾਣੇ ਦਾ अच्छा अच्छा मेरा बेली अकरब अकरब राणा अकबर राणा अकबर राणा अकबर राणा सिंगर है इस गाने दा ते उस गाने बड़ा कॉमेडी गाना है अच्छा अच्छा उस गाने दी जड़ी ने शूटिंग करते पे हैं ते उन दे नाल एक्टर भी है दूसरी आसिया फिर उस तो इलावा डायरेक्टर मलक महबूब साहब हैं जनाब अरशद अदील साहब हैं सपोर्ट रोल करते पे हैं ते कैमरामैन शहबाज सलीला साहब हैं और तौकीर ਸਾਡੀ ਵਾਲਾਂ ਵਾਲੀ ਡੈਨ ਨਵਾਂ ਫੇਸ ਨਵਾਂ ਚਿਹਰਾ ਅੱਲਾ ਪਾਕ ਨੂੰ ਕਾਮਯਾਬੀ ਦੇ ਦੇ ਸਾਰਿਆਂ ਨੂੰ ਬੜੀ ਗੱਲ ਹੈ ਜੀ ਬੜੀ ਗੱਲ ਮੈਂ ਤਾਂ ਬੜੀ ਖੁਸ਼ ਹੋਈ ਭਾਈ ਤੈਨੂੰ ਮਿਲ ਤੇ ਮੈਂ ਤੇਰਾ ਬਹੁਤ ਫੈਨ ਆ ਵੱਡਾ ਹਾਂ ਤੇਰੇ ਮਾਇਆ ਵੇ ਨਾ ਫਨੀ ਕਲਿੱਪ ਇਸ ਚੱਲਦੇ ਨਾ ਟੀਵੀਆਂ ਤੇ ਤੇ ਗੁਬਾਲ ਬੈਠਣ ਖਾ 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 ਪਿਛਾ ਬੰਦੇ ਜਾ ਪਉਂਦੇ ਨੇ ਬਹੁਤ ਚਾਸ ਆਂਦੀ ਹੈ ਤੇ ਆ ਭਾਈ ਇਹ ਕੌਣ ਖਲਾ ਇਹ ਮਾਡਲ ਹੈ ਇਜਾਜ਼ ਸੋਨੂ ਮੇਰਾ ਨਾਮ ਇਜਾਜ਼ ਸੋਨੂ ਇਹਦਾ ਨਾਮ ਤੇ ਮਾਡਲਿੰਗ ਕਰਦਾ ਗਾਣਿਆਂ ਦੇ ਵਿੱਚ ਮਾਡਲਿੰਗ ਇਜਾਜ਼ ਸੋਨੂ ਬੜਾ ਸਟਾਰ ਆਦਮੀ ਹਲਾ ਸਟਾਰ ਆ ਤੁਹਾਨੂੰ ਪਤਾ ਹੀ ਕੀ ਨਹੀਂ ਤੁਹਾਨੂੰ ਪਤਾ ਖਬਰ ਕੀ ਤਾਂ ਸਟਾਰ ਬਣਦਾ ਰਿਹਾ ਹੈ ਤੇ ਸਾਨੂੰ ਦੋਈ ਟੀਮ ਨਾਲ ਹੀ ਮਿਲਾ ਸਕਦੇ ਹੋ ਆ ਸਾਰੀ ਟੀਮ ਤੇਰੇ ਸਾਹਮਣੇ ਬੈਠੀ ਹੈ ਮੇਲ ਦਾ ਖੁੱਲ੍ਹਾ ਦਿਲ ਨਾਲ ਅੱਛਾ ਨਾਜ਼ਰੀਨ ਗੱਲ ਇਹ ਹੈ ਕਿ ਇਹ ਚੈਨਲ ਬਣਾਇਆ ਹੈ ਬੋਲਾ ਬਖਸ਼ ਦਾ ਤੇ ਇਹਦੇ ਵਿੱਚ ਜਿਹੜੀ ਵੀ ਸ਼ੂਟਿੰਗ ਹੋਈ ਕੀਤੀ ਕਰਸੀ ਨਾ ਉਹਦੀ ਮੇਕਿੰਗ ਵਿਖਾਈ ਕੀਤੀ ਜਾਏਗੀ ਜਿਹੜੀ ਹੈ ਕਿ ਅਸੀਂ ਗਲਤੀਆਂ ਕਰਨੇ ਹੈ ਜਿਹੜਾ ਅਸੀਂ ਆਮ ਲਾਈਫ ਜ਼ਿੰਦਗੀ ਕਿਵੇਂ ਬੋਲਣੇ ਹਾਂ ਮੈਂ ਹੁਣ ਜਿਵੇਂ ਬੋਲਦਾ ਪਿਆ ਆਮ ਤੌਰ 'ਤੇ ਅਸੀਂ ਕਿਵੇਂ ਬੋਲਣੇ ਹਾਂ ਅਤੇ ਸਾਡਾ ਬਹਿਣਾ ਉੱਠਣਾ ਫਿਰ ਉਸ ਤੋਂ ਬਾਅਦ ਸਾਡੀ ਗਲਤੀ ਹੋ ਰਹੀ ਹੈ ਅਤੇ ਸਾਨੂੰ ਡਾਇਰੈਕਟਰ ਸਾਹਿਬ ਸਾਡੇ ਜਿਹੜੇ ਹਨ ਉਹ ਕਿਵੇਂ ਲੜ ਰਹੇ ਹਨ ਅਤੇ ਉਹ ਸਾਰੀ ਮੇਕਿੰਗ ਵਿਖਾਈ ਜਾਵੇਗੀ ਮੇਕਿੰਗ ਯਾਨੀ ਕਿ ਵੀਡੀਓ ਬਣਾਉਣਾ ਅਤੇ ਇਹ ਵਿਖਾਇਆ ਜਾਵੇਗਾ ਮੌਲਾ ਬਖਸ਼ ਟੀਵੀ ਇਸ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਬੈੱਲ ਆਈਕੋਨ ਵੀ ਪ੍ਰੈਸ ਕਰੋ ਤਾਂ ਕਿ ਜਿਹੜਾ ਨਾ ਹਰ ਵੀਡੀਓ ਇਹਦੀ ਜਿਹੜੀ ਨੂੰ ਤੁਹਾਡੇ ਤੱਕ ਪਹੁੰਚ ਜਾਵੇ ਉਹ ਬੈਲ ਲਾਕਾਂ ਦੀ ਸਬਸਕ੍ਰਾਈਬ ਦੀ ਹੁਣ ਸਮਝ ਨਹੀਂ ਆਉਂਦੀ ਮੈਂ ਦੱਸਣਾ ਇਹ ਮੌਲਾ ਬਖਸ਼ ਟੀਵੀ ਹੈ ਇਹ ਹੁਣ ਜਨਾਬ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰਨਾ ਹੈ ਉਹ ਐਂ ਕਰਤੇ ਜਿਹੜੀ ਅੱਜ ਦੁਆ ਹੈ ਇੱਕ ਰੱਤੀ ਦੀ ਪੱਟੀ ਹੁਣ ਜਾਂ ਮੰਡਸੋ ਇਦੂ ਤਰਾਏ ਟੱਲੀ ਅਲਮਕ ਦੇਖ ਲਈ ਉਸ ਤੇ ਜਿਹੜੀ ਵੱਡੀ ਉਤਲੀ ਖੱਬਾ ਦੀ ਟੱਲੀ ਹੈ ਹੁਣ ਜਾਂ ਅੰਗੂਠਾ ਨਪਣਾ ਹੈ ਇਦੂ ਵੀਡੀਓ ਪਟੀਵਣੀ ਤੁਹਾਡੀ ਝੋਲੀ ਦੇ ਵਿੱਚ ਆ ਜਾਣੀ ਹੈ ਹੈ ਨਹੀਂ ਰੱਖ ਹੈ ਇਹ ਵੀ ਛੋੜ ਲਾ ਦੀ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਕਿਵੇਂ ਮੁੱਦੀ ਹੋਈ ਪਈ ਖੈਰ ਹੈ ਥੱਕ ਗਏ ਸ਼ੂਟਿੰਗ ਕਰਕੇ ਬੜਾ ਅੱਜ ਹੱਸਦੀ ਪਈ ਅੱਜ ਵੱਲ ਗੱਲ ਮਲੂਮ ਹੁੰਦੀ ਮੈਨੂੰ ਤਾਂ ਕਲਿੱਪ ਕਰਦੇ ਰਹੇ ਇਸ ਵਜ੍ਹਾ ਤੋਂ ਥੱਕ ਗਈ ਆ ਵਾਹ ਬਾਈ ਵਾਹ ਗਾਣੇ ਕਰ ਲੈਨੀ ਐ ਹੈ ਤੂੰ ਕਿੱਥੇ ਸੀ ਮੈਂ ਜਿੱਥੇ ਹੀ ਆਸੂ ਮੈਂ ਤਾਂ ਲੋਕ ਲੋਕ ਤੇ ਬੰਦ ਰਹੇ ਕੱਦਾਂ ਤੋਂ ਮੈਂ ਰਹਿ ਨਹੀਂ ਸਕਿਆ ਮੈਂ ਕਾਹ ਟ੍ਰੈਪ ਦੇ ਅੰਦਰ ਵਾੜੇ ਆਇਆ ਮੈਂ ਕਾਹ ਮੈਂ ਇੰਟਰੋ ਵੀ ਕਰਨਾ ਹੀ ਕਰਨਾ ਬੜੀ ਛੋਹ ਚਮਕੀ ਚਮਕੀ ਵਧੀ ਇੱਥੇ ਹਾਂ ਤੇ ਹੋਰ ਚਲੋ ਤੁਸੀਂ ਹੱਸਦੀ ਰਹੇ ਇੱਥੇ ਗਲੂਕਾਰ ਦੇ ਨਿਕਲ ਨਾ ਜਾਵੇ ਕਿ ਉਹਨ ਮੱਥੇ ਕਰ ਲਵਾਂ ਹੈ ਦਾਦਰੀ ਚਾਈ ਖਲਾ ਕੇ ਪੱਠੇ ਵਟਾਣਾ ਵਗ ਜਾਵੇ ਠੀਕ ਹੈ ਠੀਕ ਹਾਂ ਸੌ ਤੋ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਨਾਮ ਹੈ ਤੇਰਾ ਅਰਸ਼ਦ ਅਦੀਲ ਇੱਥੇ ਖੈਰੀ ਬਣਾ ਹੈ ਹਾਂ ਇੱਥੇ ਗਾਣੇ ਦੀ ਸ਼ੂਟਿੰਗ ਕਰਨ ਆਇਆ ਹੈ ਤੇ ਤੂੰ ਕੀ ਕਰਨ ਆਇਆ ਹੈ ਮੈਂ ਵਿੱਚ ਰੋਲ ਕਰਨ ਆਇਆ ਹੋਰ ਮੈਂ ਇੱਥੇ ਬਾਹ ਬੱਧਣ ਆਇਆ ਆਇਆ ਤੀ ਆ ਤੂੰ ਵੀ ਰੋਲ ਕਰ ਲੈਣਾ ਹੈ ਹੋਰ ਯਾਰ ਆ ਦੀ ਉਮਾਰੀ ਵੇਖ ਲਓ ਤੇ ਰੋਲ ਹੀ ਵੇਖ ਲਓ ਆਏ ਤੇਰਾ ਨਾਂ ਇਹ ਛੋਰਾ ਛਿਕਰਾਂ ਦਾ ਕੰਮ ਹੈ ਤੇ ਮੈਂ ਕਿਹੜਾ ਬੁੱਢਾ ਹੋ ਗਿਆ ਅੱਛਾ ਤਾਂ ਹੋਰ ਕੀ ਆ ਨਾ ਬਈ ਦਿਲ ਜਵਾਨ ਹੋਣਾ ਚਾਹੀਦਾ ਓ ਯਾਰ ਉਮਰਾਂ ਚ ਕੀ ਰੱਖਿਆ ਮੌਲਾ ਤੇਰਾ ਨਾਂ ਮੌਲਾ ਬਖਸ਼ ਤਾਂ ਨਹੀਂ ਆ ਦੇ ਤੀ ਮੈਂ ਮੌਲਾ ਬਖਸ਼ ਓ ਲੈ ਤੂੰ ਮੋੜ ਇੰਟਰਵਿਊ ਕਰਨ ਆਇਆ ਹੈ ਮੈਂ ਆਖੇ ਬਿਰਾਮਤ ਵਾਟ ਮਾ ਕਾੜ ਲਵਾ ਫੋਨ ਦੇ ਬਦਨ ਕੱਠਾ ਖਾਸ ਦੇ ਤੂੰ ਆਰਾ ਪਰ ਲੋ ਜਨਾਬ ਲੋ ਇੰਟਰਵਿਊ ਲੋ ਹਾਂ ਤੇ ਹੁਣ ਦਿਲ ਲੱਗਾ ਖਲਾ ਵਾਵਾ ਚੋਣ ਮੈਂ ਨਾ ਚਾਸ ਆ ਗਈ ਚਲੋ ਠੀਕ ਹੈ ਤੂੰ ਥਾਂ ਖਲੋ ਤੇ ਮੈਂ ਗੁਲੂਕਾਰ ਨੂੰ ਪੁੱਛ ਲਵਾਂ ਕਿ ਤਿਲੇਕ ਨਾ ਜਾਵੇ ਅੱਛਾ ਅੱਛਾ ਮੋਟ ਲੋ ਪੁੱਛ ਆ ਸਾਡਾ ਯਾਰ ਰਾਣਾ ਅਕਬਰ ਹੈ ਸਲਾਮ ਅਲੈਕੁਮ ਵਾਲੇਕੁਮ ਸਲਾਮ ਖੋਲ ਤੇ ਮਿਲ ਤਾਂ ਲਿਆ ਕਰੋ ਸਲਾਮ ਅਲੈਕੁਮ ਹੁੰਦੀ ਲੋ ਜੀ ਖੋਲ ਕੇ ਮਿਲ ਲੈਨੇ ਹਾਂ ਅਈ ਹਾਂ ਥਰੇ ਹੋਰ ਸੁਣਾਓ ਠੀਕ ਠਾਕ
राणा अकबर साहब तुहाडा कोई गीत गूत हो रही है माशाल्लाह। हाँ जी मेरा गीत शूट कर रहे ने भाई मलिक महबूब। अच्छा ते उदे बोल ने सुनाओ सुनाओ। बड़ा अच्छा गाना है। बोल गया ने। अच्छा राणा साहब सुनाओ तुसी टेंशन ना लो कैमरा कोल पहली बार नहीं वेंदा पिया। नहीं पहली बार नहीं वेंदा पिया। हां हां गाना है यार। ਅੱਗੇ ਤੁਹਾਡਾ ਕੋਈ ਅੱਜੀ ਗੱਲ ਹੈ ਇਹ ਬੰਦਾ ਦੇਣ ਚ ਬੋਲ ਨਿਕਲੇ ਆਇਆ ਦੇਖੇ ਬੋਲਣਾ ਮੁਸ਼ਕਿਲ ਹੈ ਗਾਣੇ ਦੀ ਚੋਟਿੰਗ ਕਰਦੇ ਹਾਂ ਕਹਿੰਦੇ ਦੇਖੇ ਬੋਲਣਾ ਆਪਣੇ ਭਰਾਵਾਂ ਕੋਲੋਂ ਮੈਨੂੰ ਕੁੱਟ ਕੇ ਮਾਰ ਪੁਆਈ ਆ ਭਰਾਵਾਂ ਕੋਲੋਂ ਕੁਟਾਇਆ ਤੇਰੀ ਇਹ ਆ ਗਈ ਦੇਣ ਚ ਆ ਗਿਆ ਰੋਲ ਐਕਸ਼ਨ ਕੋਈ ਦੋ ਬੋਲ ਸੁਣਾਓ ਯਾਰ ਗਾਣਾ ਹੈ ਤੇਰੇ ਮਰਨੇ ਮਰਦੇ ਰਹੇ ਆ ਜੋ ਕਹਿੰਦੀ ਸਾਂ ਕਰਦੇ ਰਹੇ ਆ ਤੇਰੇ ਮਰਨੇ ਮਰਦੇ ਰਹੇ ਆ ਜੋ ਕਹਿੰਦੀ ਸਾਂ ਕਰਦੇ ਰਹੇ ਆ प्यार मेरे दे वैर ने नी तू चंगे ढोल वजाए नी अपने वीरां कोलों वड़िए मैनू लित्तर पवाए नी ते इस तो पहले मेरे तकरीबन तीन चार गाने मशहूर हुए हैं टीपी गोल्ड से वो भी भाई मलिक महबूब ने बनाए हैं। एक था जोड़ी जदों चुबारे चढ़दी सानू वेख गुआंढन सड़दी और एक माइए थे मेरी कबर ते फुल पावी तेरे पिछे मर गई मेरे मरने का मुल पावी। हयातियां बहुत अच्छे गाने हैं ये टीपी गोल्ड से हैं ये और अब ये भी फिर हम गाने ये बनाकर भाई महबूब साहब की तामन के साथ टीपी गोल्ड को देंगे इंशाल्लाह आपको ज़रूर पसंद आएगा और मुझे उम्मीद है अल्लाह के फजल से ये भी गाना अच्छा जाएगा हिट होगा इंशाल्लाह। मैंने तो होने पसंद आ गया सुनाया ना तो बलित्रा की गाल वेच मैंने तो होने गाना पसंद है एक गाना जट्टा ने सुना तो लायक हाँ ये मॉडल ने साडे भरा भाई रमजी हाँ फनी क्लिप करते ने गाना अच्छा बनेगा ते प्यार होएगा ते फिर जरूर वेखना लाइक करना कमेंट करना जरूर विकसा है तुहानू भी आंदे पया भाई तुसी भी लाइक चेक करा है तसल्ली नाल वेखना है तुहाडा हां ठरसी।